ਕਿਹੜੀ ਖੁਸ਼ੀ ਚ ਬਣਾਉਣ ਡੇ ਹੋ? ਕੀ ਕਰਨ ਡੇ ਹੋ? ਮੇਰੀ ਭੈਣ ਤੇ ਭਰਾ ਆਏ ਆ ਤੇ ਅੱਜ ਮੈਂ 4 ਦਿਨ ਹੋ ਗਏ, ਮੈਂ 4 ਦਿਨਾਂ ਬਾਅਦ ਵਲੌਗ ਬਣਾ ਸ਼ੁਰੂ ਕੀਤਾ ਹੈ। ਮੈਂ ਰਾਜ ਵਲੌਗ ਬਣਾ ਇੱਕ ਦਿਨ ਭੈਣ ਭਰਾ ਆਉਂਦੇ ਫਿਰ ਚਿਹਰੇ ਤੇ ਸਮਾਈਲੀ ਵੀ ਆ ਜਾਂਦੀ ਨਾਲ ਹੀ ਨਾਲ ਡਾਡੇ ਮਤਲਬ ਸਫਾਈ ਕੀਤੀ ਉੱਪਰ ਦੀ ਵੀ ਕਿਹੜੀ ਤੇ ਸਫਾਈ ਹੋਈ ਇੱਧਰ ਰਹਿੰਦੀ ਆ ਘੱਟਾ ਪਿਆ ਹੋਣਾ ਉੱਤੇ ਘੱਟਾ ਉੱਪਰੋਂ ਬੜਾ ਆਉਂਦਾ ਵਾ ਹਾਏ ਚੰਗੀ ਤਰ੍ਹਾਂ ਹੁੰਦੀ ਨਹੀਂ ਆ ਜਿਹੜਾ ਬੈਟਰੀ ਦੇ ਵਿੱਚ ਪੈ ਰਿਹਾ ਹੈ ਇਹ ਪਰੌਂਠਿਆਂ ਵਾਸਤੇ ਰੱਖਿਆ ਸੀ ਅਤੇ ਮੈਂ ਪਤਾ ਨਹੀਂ ਰੋਟੀ ਖਾਣੀ ਕਿ ਨਹੀਂ ਮੈਂ ਚਲ ਬ੍ਰੈਡ ਬਣਾ ਲੈਂਦੀ ਹਾਂ ਬ੍ਰੈਡ ਸੈਂਡਵਿਚ। ਹੈਲੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਹੋਰ ਕੀ ਹਾਲ ਨੇ ਸਭ ਦੇ? ਅਤੇ ਅੱਜ ਮੈਂ ਵਲੌਗ ਸਟਾਰਟ ਅੱਜ ਭਲਾ ਕੌਣ ਆਇਆ ਮੈਂ ਤੁਹਾਨੂੰ ਦੱਸਦੀ ਹਾਂ। ਆਹ ਪਹਿਲਾਂ ਮੈਨੂੰ ਗੱਲ ਭੁਲਾ ਦਿੰਦਾ ਵਾ ਕਿ ਮੈਂ ਬੋਲਣਾ ਕੀ ਆ। ਸੰਦੀਪ ਆਈ ਲੈ ਕੇ ਆਈ ਆ ਪੇਕੇ ਸਹੁਰੇ। ਇੱਕ ਮਿੰਟ ਮੈਂ ਲਾਈਟ ਆਨ ਕਰ ਲਾ। ਪੇਕੇ ਰਹਿ ਕੇ ਆਈ, ਸਹੁਰੇ ਰਹਿ ਕੇ ਆਈ 2 ਦਿਨ। ਗੱਲ ਗੱਲ ਦੇ ਭੁਲੇਖੇ ਜੇ ਭਾਵੇਂ ਚਾਵੀ ਬਣਾ ਦਿੱਤੀ ਅਕਲੀ। ਤੇ ਮੈਂ ਬਣਾਈ ਚਾਹ ਦੇ ਨਾਲ ਸੈਂਡਵਿਚ, ਉਦਾਂ ਮੈਂ ਪਰੌਂਠੇ ਬਣਾਉਣੇ ਸੀ ਆਲੂ ਵਾਲੇ, ਫਿਰ ਮੈਂ ਸਫ਼ਰ ਤੋਂ ਆਏ ਆ ਤੇ ਚਾਹ ਜ਼ਿਆਦਾ ਪਹਿਲਾਂ ਹੁੰਦੀ ਸੀ, ਚਲੋ ਚਾਹ ਪੀ ਲਈ ਬੰਦਾ। ਤੇ ਜਿਹੜੇ ਆਲੂ ਮੈਂ ਪਰੌਂਠਿਆਂ ਵਾਸਤੇ ਬਣਾਏ ਉਹਨੂੰ ਬ੍ਰੈਡਾਂ 'ਚ ਪਾ ਕੇ ਤੇ ਮੈਂ 4 ਦਿਨ ਹੋ ਗਏ ਮੇਰਾ ਮਤਲਬ ਮਨ ਜਿਹਾ ਨਹੀਂ ਲੱਗਣ ਦਿਆ ਤੇ ਮੈਂ ਵਲੌਗ ਵੀ ਨਹੀਂ ਬਣਾਇਆ, ਮੇਰੀ ਸਿਰ ਪੀੜ ਵੀ ਨਹੀਂ ਹਟਦੀ। ਤੇ ਹੁਣ ਅੱਜ ਸੰਦੀਪ ਹੋਣੀ ਆਏ ਆ ਤੇ ਮੈਂ ਕਿਹਾ ਚੱਲ ਮੇਰਾ ਮਨ ਵੀ ਖੁਸ਼ ਸੀ, ਮੈਂ ਵਲੌਗ ਸਟਾਰਟ ਕਰ ਲਿਆ ਬਣਾ ਲੈਂਦੀ। ਵਧੀਆ ਮੰਮੀ ਹਾਲ 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 ਹੈ, ਤੁਸੀਂ ਆਪਣੀ ਸੁਣਾਓ? ਹੈਲੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਤੇ ਮੇਰੇ ਵੱਲੋਂ। ਸੰਦੀਪੀ ਉਹ ਲੰਮੇ ਪੈ ਗਈ ਹੈ, ਸਿਰ ਪੀੜ ਹੋ ਗਿਆ, ਹਟੀ ਕਿ ਨਹੀਂ ਸੰਦੀਪ? ਗੋਲੀ ਦਿੱਤੀ ਇਹਨੂੰ ਹੁੰਦੀ ਸਿਰ ਪੀੜ ਦੀ, ਸਫ਼ਰ ਚੰਦੇ ਆ ਨਾ ਸਿਰ ਪੀੜ ਹੁੰਦੀ ਹੁੰਦੀ ਆ, ਕਈਆਂ ਦੀ ਹੁੰਦੀ ਹੈ ਨਾ ਸਫ਼ਰ ਵੀ ਥੋੜ੍ਹਾ ਕਿ। ਸਹੀ ਗੱਲ ਆ, ਸਫ਼ਰ ਵੀ 3-4 ਘੰਟੇ ਲੱਗ ਹੀ ਜਾਂਦੇ ਆ। 4 ਘੰਟੇ ਕਿ 5? 5 ਘੰਟੇ ਲੱਗ ਜਾਂਦੇ। ਕਿਵੇਂ ਲੱਗਾ ਭੈਣ ਕੋ ਆ ਕੇ? ਵਧੀਆ ਲੱਗਾ। ਇਹਦੀ ਨਾ ਕੈਮਰੇ ਜਦੋਂ ਮੈਂ ਕੈਮਰਾ ਚਾਲੂ ਕਰਦੀ ਹਾਂ ਉਦੋਂ ਇਹਦੀ ਐਕਟਿੰਗ ਸ਼ੁਰੂ ਹੋ ਜਾਂਦੀ, ਉੱਦਾਂ ਇਹ ਨੋਰਮਲ ਬੋਲਦਾ ਵਾ ਤੇ ਮੈਂ ਕਿਹਾ ਨੋਰਮਲ ਹੀ ਰਹਿ, ਨੋਰਮਲ ਵਲੌਗ ਆ ਸਾਡੀ। ਭੈਣ ਜੀ ਸਾਰੀ ਸਾਰਿਆਂ ਸਤਿ ਸ਼੍ਰੀ ਅਕਾਲ ਯਾਰ, ਮੇਰਾ ਹਾਸਾ ਨਿਕਲ ਜਾਂਦਾ ਜੋ। ਸਾਰਿਆਂ ਸਤਿ ਸ਼੍ਰੀ ਅਕਾਲ, ਨਮਸਤੇ। ਤੇ ਮੇਰੀ ਪੱਗ ਵੇਖੋ ਮੈਂ ਆਪੇ ਬੰਨੀ ਆ, ਅੱਜ ਪਹਿਲੀ ਵਾਰ ਨਹੀਂ ਬੰਨੀ, ਦੂਸਰੀ ਵਾਰ ਬੱਝੀ ਆ। ਤੇ ਆ ਮੇਰੀ ਭੈਣ ਵੱਡੀ, ਤੁਹਾਨੂੰ ਪਤਾ ਹੀ ਹੋਣਾ ਇਹਦੇ ਵਲੌਗ ਬੜੇ ਹੁੰਦੇ ਆ, ਮਸ਼ਹੂਰ ਆ। ਰਾਜੇ ਆਪਣੀ ਉਹ ਵਾਲੀ ਵੀਡੀਓ ਨੂੰ ਮਾੜਾ ਮਤਲਬ ਵਿਊ ਆਏ ਆ, ਕਿਹੜੀ ਵੀਡੀਓ ਨੂੰ ਭਲਾ? ਥੈਂਕ ਯੂ, ਧੰਨਵਾਦ ਸਾਰਿਆਂ ਜੀ ਨੇ ਸਾਨੂੰ ਵੇਖਿਆ ਵਿਊ ਉੱਤੇ। ਕਿਹੜੀ ਭਲਾ? ਵੀਰੇ ਤੇਰੀ ਭੈਣ ਪਿਆਰੀ, ਤੇਰੀ ਭੈਣ ਪਿਆਰੀ, ਮੈਂ ਤੇ ਰਾਜੇ ਨੇ ਬਣਾਈ ਹੈ ਕੋਈ ਵੀਡੀਓ। ਕੀ ਵੇਰੀ ਹੋਇਆ ਕਿ ਸੰਦੀਪੀ ਇੱਥੇ ਆਈ ਆ ਤੇ ਜ਼ਿਆਦਾ ਚਿਰ ਰਹੀ ਆ? ਓਦਾਂ ਨੋਰਮਲੀ ਮੈਂ ਤੁਹਾਡੇ ਘਰ ਆਉਂਦੀ ਹਾਂ ਤੇ ਸ਼ਾਮ ਨੂੰ ਤੇ ਜੀ ਮੰਜ਼ਲ ਤੇ ਫਿਰ ਕੀ ਭੈਣ ਆ ਘੁੱਟਦੀਆਂ ਦੇ ਚ ਕੀ ਆ, ਦੱਸਣ ਦੀ ਕੀ ਗੱਲ ਹੋਈ ਹੈ?
ਤੇ ਮੈਂ ਬਣਾਉਣ ਡੀ ਆ ਦਾਲ ਤੇ ਚੌਲ, ਸਬਜ਼ੀ ਬਣੀ ਪਈ ਆ ਤੇ ਮੈਂ ਚੱਲ ਨਾਲ ਦਾਲ ਬਣਾ ਲੈਣੀ ਆ। ਨਹੀਂ ਸਬਜ਼ੀ ਬਣੀ ਪਈ, ਭੁੱਖ ਲੱਗੀ ਆ ਤੇ ਵੇਹਲਾ। ਅੱਛਾ ਪਾਣੀ ਆਪੇ ਵੀ ਪ੍ਰਾਹੁਣਾ ਨਹੀਂ ਆਇਆ। ਆਹੋ ਚੌਲ ਜਿਹੜੇ ਆ ਨਾ ਉਹ ਫਿੱਕੇ ਰੱਖੇ ਆ ਤੇ ਬਾਅਦ ਵਿੱਚ ਇਹਨੂੰ ਤੜਕਾ ਲਾਉਣਾ। ਸ਼ਕਲ ਦਿਖਾਓ ਆਪਣੀ, ਸਿਮਰ ਬੈਠੇ ਨੇ, ਜਸ ਜੇ ਰੋਟੀ ਬਣਾਉਂਦੀ ਪਈ ਆ ਤੇ ਇਹ ਜਸ ਦਾ ਭਰਾ ਏ, ਇਹ ਉਹਦਾ ਜੀਜਾ ਏ। ਸਾਡੇ ਬਿਨ ਆਪਣੇ ਪੈਸੇ ਕੱਟ ਜਾਣੇ। ਜਸ ਨੇ ਕਿਹਾ ਤੂੰ ਰਿੰਕੀ ਕਹਿ, ਮੇਰਾ ਨੋਰਮਲ ਇਹ ਰਿੰਕੀ ਆ। ਜਸ ਇਹ ਰਿੰਪੀ ਆ ਤੇ ਉਹ ਮੱਛਰ ਆ, ਨੋਰਮਲ ਨਾ ਇਹਨਾਂ ਦੇ। ਉਹ ਤੇ ਇਹਨਾਂ ਦੇ ਘਰ ਮੌਸਮ ਉਹ ਨਹੀਂ ਜੀ ਹੈਗਾ, ਮੱਛਰ ਹੈ ਨਹੀਂ ਜੀ। ਮੱਛਰ ਹੈ ਸੱਚੀ ਹੈ ਨਹੀਂ ਇੱਥੇ। ਮੱਛਰਾਂ ਦਾ ਹੈੱਡ ਬੈਠਾ ਹੋਵੇ ਤੇ ਮੱਛਰ ਹੋਵੇ ਹਨਾ, ਕੁਛ ਕਹਿਣਾ ਚਾਹੋਗੇ ਤੁਸੀਂ? ਰੋਸ਼ਨੀ ਸਾਫ ਆਈ ਭਾਜੀ ਲਾਲ ਪਰਨਾ ਬਣ ਕੇ ਆਏ ਆ ਚੋ ਤੈਨੂੰ ਅਸੀਂ ਕਿਉਂ ਗੱਲ ਚੰਗੀ ਹੋ ਗਈ ਸਹੀ ਲੱਗੀ ਆ। ਪ੍ਰਾਹੁਣੇ ਆਏ ਆ ਤੇ ਉਹ ਫੋਨ ਤੇ ਲੱਗੇ, ਉਹਨਾਂ ਨੂੰ ਕੋਈ ਨਹੀਂ ਹੈਗਾ ਕਿ ਘਰ ਕੋਈ ਆਇਆ ਵਾ ਜਾਂ ਕਿੱਦਾਂ ਮੈਂ ਕਿਸੇ ਨਾਲ ਗੱਲ ਕਰਨੀ ਆ, ਉਹਨਾਂ ਨੂੰ ਕਿਸੇ ਨਾਲ ਨਹੀਂ ਹੈਗਾ, ਉਹ ਆਪਣੇ ਮਜ਼ੇ 'ਚ ਬਿਜ਼ੀ ਰਹਿੰਦੇ ਆ। ਤੇ ਇੱਧਰ ਮੇਰੀ ਭੈਣ ਆਈ ਆ, ਭਾਜੀ ਆਏ, ਭਰਾ ਆਇਆ ਮੇਰਾ, ਮੇਰੇ ਵੀ ਚਿਹਰੇ 'ਤੇ ਅੱਜ ਸਮਾਈਲ ਆਈ ਆ ਤੇ ਕਿਉਂਕਿ ਇਹ ਫੋਨ 'ਤੇ ਲੱਗੇ ਰਹਿੰਦੇ ਆ ਤੇ ਫਿਰ ਮੈਂ ਕਿਹਦੇ ਨਾਲ ਗੱਲਾਂ ਕਰਨੀਆਂ ਹੁੰਦੀਆਂ। ਕਿਉਂ ਰਾਜੇ? ਸਹੀ ਗੱਲ ਆ, ਮੈਂ ਫੋਨ ਨਾ ਹੀ ਕਰਨ ਡੀ ਆ, ਵਲੌਗ ਬਣਾਉਣ ਡੀ ਆ। ਕਹਿੰਦਾ ਤੂੰ ਫੋਨ ਨਾਲ ਗੱਲਾਂ ਕਰ ਲਿਆ ਕਰ, ਮੈਂ ਫੋਨ ਨਾ ਹੀ ਕਰਦੀ ਹਾਂ ਕਿ ਇਕੱਲਾ ਬੰਦਾ ਹਾਂ ਤੇ ਮੈਂ ਫਿਰ ਆਪਣੀ ਯੂਟਿਊਬ ਫੈਮਿਲੀ ਨਾਲ ਗੱਲਾਂ ਕਰਦੀ ਹਾਂ। ਅਲੱਗ ਬਣਾ ਕੇ ਰੱਖਦੀ ਹਾਂ ਕਿ ਆਹ ਜਿਹੜਾ ਤੜਕਣਾ ਇਹ ਅਲੱਗ ਤਿਆਰ ਕਰਦੀ ਹਾਂ ਤੇ ਇਹਦੇ ਵਿੱਚ ਮੈਂ ਪਾਉਣ ਲੱਗੀ ਮਸ਼ਰੂਮ, ਮਟਰ ਤੇ ਟਮਾਟਰ ਤੇ ਇਹ ਤੜਕਾ ਇਹਦੇ ਵਿੱਚ ਮਿਕਸ ਕਰ ਦੇਣਾ ਚੌਲ, ਇੱਦਾਂ ਜ਼ਿਆਦਾ ਵਧੀਆ ਲੱਗਦੇ ਨੇ। ਚੌਲ ਬਣ ਜਾਂਦੇ ਆ ਤੇ ਜੇ ਓਦਾਂ ਤੁਹਾਨੂੰ ਨਹੀਂ ਵਧੀਆ ਲੱਗਦੇ ਤੇ ਏਦਾਂ ਬਣਾ ਕੇ ਵੇਖਿਓ, ਮੇਰੇ ਤਰੀਕੇ ਨਾ ਬੜੇ ਵਧੀਆ ਬਣਦੇ ਆ ਤੇ ਬਣਾਉਂਦੇ ਵੀ ਹੋਣਗੇ ਮੇਰੇ ਹਿਸਾਬ ਨਾਲ ਤੇ ਮੈਂ ਜ਼ਿਆਦਾਤਰ ਏਦਾਂ ਬਣਾਉਂਦੀ ਹਾਂ ਕਿਉਂਕਿ ਓਦਾਂ ਮੈਨੂੰ ਵਧੀਆ ਨਹੀਂ ਲੱਗਦੇ ਖਿਲੇ ਖਿਲੇ, ਵੀ ਓਦਾਂ ਬਣ ਜਾਂਦੇ ਖਿਲੇ ਖਿਲੇ ਪਰ ਏਦਾਂ ਜ਼ਿਆਦਾ ਵਧੀਆ ਲੱਗਦੇ ਹਨਾ। ਬਿਰਿਆਨੀ ਲਈ ਤਾਂ ਕਾਫੀ ਸਬਜ਼ੀਆਂ ਪਾਈ ਦੀਆਂ ਵਾ ਪਰ ਇਹ ਬਿਰਿਆਨੀ ਟਾਈਪ ਵੀ ਬਣ ਜਾਂਦੇ ਓਦਾਂ। ਵਿਹਲੇ ਬੰਦੇ ਤੇ ਨਾ ਜੇ ਵਿਹਲੇ ਜੇ ਤਾਂ ਨਾ
ਮਤਲਬ ਇਹ ਚੌਲ ਚੰਗੇ ਨਹੀਂ ਨਾ ਬਣਦੇ ਵੇਖ ਲਾ ਓਦਾਂ ਉਦਣ ਵੀ ਮੈਂ ਬਣਾਏ ਸੀ ਵਧੀਆ ਬਣਾਏ ਸੀ ਪਰ ਏਦਾਂ ਜ਼ਿਆਦਾ ਵਧੀਆ ਲੱਗਦਾ ਉਹੀ ਚੌਲ ਜਿਹੜੇ ਘਰੋਂ ਆਏ ਨੇ ਗਰਮ ਹੀ ਨਾ ਜ਼ਿਆਦਾ ਏਦਾਂ ਹੋ ਜਾਂਦੀ ਆ ਉਹ ਇਹ ਨਾ ਜਹਾਜ਼ ਦੇ ਵਿੱਚ ਮੈਂ ਕਿਸੇ ਦਾ ਵਲੌਗ ਵੇਖਿਆ ਸੀ ਰਮਨ ਦਾ ਕਹਿਣ ਦੀ 300 ਰੁਪਏ ਦੇ ਚੌਲ ਸਾਰੇ ਜਾਣੇ ਵਿਹਲੇ ਹੋ ਗਏ ਆ ਸਾਰੇ ਰੋਟੀ ਖਾ ਲਈ ਆ ਮੈਂ ਖਾ ਲਾ ਤੇ ਕੱਲ ਸੰਦੀਪ ਦੀ ਐਨੀਵਰਸਰੀ ਆ ਅਗਲਾ ਵਲੌਗ ਐਨੀਵਰਸਰੀ ਦਾ ਆਏਗਾ ਤਾਂ ਚੌਲ ਬਣੇ ਖਿੱਲੇ ਖਿੱਲੇ ਵਧੀਆ ਬਣਿਆ ਨਾ ਹਾਂ ਰੋਟੀ ਖਾ ਲਈ ਇਹਨਾਂ ਨੇ ਰੋਟੀ ਖਾ ਕੇ ਵਿਹਲੇ ਹੋ ਗਏ ਸਾਰੇ ਹੁਣ ਉਹ ਕਿੰਨੇ ਦਿਨਾਂ ਦੀ ਲੱਗੀ ਹੋਣੀ ਉਹ ਮੈਚ ਨੇ ਕੀ ਇਹਨਾਂ ਦੋਵਾਂ ਭਰਾਵਾਂ ਦੀ ਮੱਤ ਮਾਰੀ ਉਹ ਇਹ ਹਾਲ ਆ ਤੁਹਾਡੇ ਘਰ ਦਾ ਵੀ ਇਹੀ ਹਾਲ ਆ ਦੱਸਿਓ ਜ਼ਰੂਰ ਆਵੇ ਸੰਦੀਪ ਚੱਲੀ ਆ ਸਵੇਰੇ ਮਿਲਦੇ ਆ 9 ਵਜੇ ਅਸੀਂ ਵਿਹਲੇ ਹੋ ਗਏ ਆ ਤੇ ਸੰਦੀਪ ਦੇ ਗੀਤਾ ਭਾਜੀ ਚੱਲ ਗਏ ਆ ਤੇ ਰਾਜੇ ਨੂੰ ਇੱਥੇ ਮੰਗੀ ਦਾਤੀ ਲੱਗ ਗਈ ਤੇ ਹੁਣ ਅਸੀਂ ਵਿਹਲੇ ਹਾਂ ਹੁਣ ਅਸੀਂ ਘੜੀ ਫੋਨ ਫਾਨ ਚਲਾਵਾਂਗੇ ਔਰ ਨਾ ਅੱਜ ਮੈਨੂੰ ਵਧੀਆ ਲੱਗਾ ਕਿ ਵੈਸੇ ਰਾਜੇ ਮੈਂ ਹਰ ਵਾਰੀ ਨਾ ਮੈਂ ਹੀ ਸੰਦੀਪੀ ਆ ਜਾਂਦੀ ਜਦੋਂ ਮੈਂ ਥੱਕੀ ਆਵਾਂ ਕਿਤੋਂ ਸਫ਼ਰ ਤੋਂ ਮੈਂ ਸਭ ਤੋਂ ਪਹਿਲਾਂ ਨਾ ਸੰਦੀਪ ਨੂੰ ਹੀ ਫੋਨ ਕਰਨਾ ਕਿ ਮੈਂ ਉੱਥੇ ਲਾਗੇ ਆ ਗਈ ਹਾਂ ਅਤੇ ਚਾਹ ਬਣਾ ਕੇ ਰੱਖ ਲਈ ਇੱਥੇ ਨਹੀਂ ਮੈਂ ਤੇ ਗੱਲ ਉਹੀ ਦੱਸਣ ਲੱਗੀ ਤੂੰ ਮੈਨੂੰ ਪੂਰੀ ਨਹੀਂ ਕਰਨ ਦਿੱਤੀ ਮੈਂ ਇਹੀ ਦੱਸਣ ਲੱਗੀ ਸੀ ਮੈਂ ਦੱਸਣਾ ਮੈਂ ਦੂਰ ਦਾਦੀ ਕੋਈ ਗੱਲ ਨਹੀਂ ਕੱਟਣਾ ਨਹੀਂ ਹੈਗਾ ਮੈਂ ਇਹ ਕਹਿਣਾ ਸੀ ਕਿ ਜਦੋਂ ਮੈਂ ਥੱਕੀ ਆਵਾਂ ਤੇ ਮੈਂ ਇਹੀ ਕਹਿੰਦੀ ਹੁੰਦੀ ਸੰਦੀਪ ਹੁੰਦਿਆਂ ਨੂੰ ਚਾਹ ਬਣਾ ਕੇ ਰੱਖੀ ਮੈਂ ਇੱਧਰ ਹੀ ਆਉਣਾ ਵਾਂ ਫਿਰ ਚਾਹ ਪੀਂਦੀ ਪੀਂਦੀ ਸ਼ਾਮ ਹੋ ਜਾਣੀ ਅਤੇ ਫਿਰ ਮੈਂ ਕਹਿਣਾ ਹਾਏ ਹੁਣ ਮੈਂ ਥੱਕੀ ਹਾਂ ਹੁਣ ਮੈਂ ਠਹਿਰ ਕੇ ਜਾਊਂਗੀ ਫਿਰ ਉਹਨੇ ਕਹਿਣਾ ਨਹੀਂ ਰਾਤ ਦੀ ਰੋਟੀ ਵੀ ਹੁਣ ਇੱਥੇ ਖਾ ਕੇ ਜਾਇਓ ਤੂੰ ਕੀ ਥੱਕ ਕੇ ਬਣਾਉਣੀ ਆ ਅਤੇ ਅੱਜ ਪਹਿਲੀ ਵਾਰੀ ਇੱਦਾਂ ਹੋਇਆ ਕਿ ਸੰਦੀਪ ਇੱਧਰ ਆਈ ਆ ਅਤੇ ਮੈਨੂੰ ਫੋਨ ਕੀਤਾ ਨਹੀਂ ਅਤੇ ਆਉਂਦੀ ਨਹੀਂ ਹੁੰਦੀ ਉਹ ਕਦੇ ਨਹੀਂ ਆਈ ਉਹ ਪਹਿਲੀ ਵਾਰੀ ਆਈ ਆ ਤੂੰ ਤਾਂ ਨਹੀਂ ਲਿਆਂਦਾ ਮੈਂ ਲਿਆਂਦਾ ਨਹੀਂ ਉਹਨੇ ਘਰੋਂ ਹੀ ਕਹਿ ਦਿੱਤਾ ਸੀ ਯਾਰ ਕਿ ਘਰੋਂ ਹੀ ਕਹਿ ਦਿੱਤਾ ਸੀ ਕਿ ਨਹੀਂ ਮੈਂ ਇੱਧਰ ਹੀ ਆਉਣਾ ਸਿੱਧਾ ਚੱਲ ਵਧੀਆ ਹੈ ਕਿ ਨਾਲੇ ਲਾਗੇ ਆ ਅਤੇ ਹੈ ਨਾ ਦੋਵਾਂ ਭੈਣਾਂ ਨੂੰ ਸੁੱਖ ਵੀ ਆ ਇੱਕ ਦੋ ਗਲੀ ਦਾ ਫਾਸਲਾ ਹੈ ਅਤੇ ਚੱਲ ਰੈਸਟ ਕਰਕੇ ਬੰਦਾ ਚੱਲ ਜਾਂਦਾ ਜਦੋਂ ਕਿਤੇ ਥੱਕਿਆ ਆਉਂਦਾ ਹੈ ਨਾ ਇਹੀ ਤਾਂ ਸੁੱਖ ਹੁੰਦਾ ਭੈਣ ਭਰਾ ਦਾ ਅਤੇ ਮੈਨੂੰ ਵੀ ਵਧੀਆ ਲੱਗਾ ਮੈਨੂੰ ਵੀ ਖੁਸ਼ੀ ਹੋਈ ਕਿ ਉਹ ਆਈ ਇੱਥੇ ਅਤੇ ਚੱਲ ਹੈ ਨਾ ਹੁਣ ਚੱਲ ਗਈ ਆ ਇੱਕ ਹਿਸਾਬ ਦੀ ਵੰਡ ਹੀ ਆਈ ਆਪਣੀ ਭੈਣ ਕੋ ਦੋਵੇਂ ਭੈਣਾਂ ਇੱਕੋ ਘਰ 'ਚ ਵਿਆਹੀਆਂ ਵਾ ਅਤੇ ਵੰਡੇ ਵੰਡਾ ਸਾਡਾ ਕੀ ਆ ਇੱਕ ਹੀ ਵੰਡਾ ਹੈ
ਸਵੇਰੇ ਨਹੀਂ ਜਾਣਾ ਵਾਂਡੇ ਆਹੋ ਕੱਲ ਮੈਂ ਜਾਣਾ ਉਧਰ ਜਾਣਾ ਕੱਲ ਉਹਦੀ ਐਨੀਵਰਸਰੀ ਆ ਸਰਪ੍ਰਾਈਜ਼ ਨਹੀਂ ਕੋਈ ਗੱਲ ਨਹੀਂ ਮੈਂ ਦੱਸਤਾ ਸੀ ਪਹਿਲਾਂ ਹੀ ਕਿ ਐਨੀਵਰਸਰੀ ਆ ਕੱਲ ਉਹਨਾਂ ਦੀ ਤੇ ਹਾਂਜੀ ਮੈਂ ਸੱਚ ਇੱਕ ਤੁਹਾਨੂੰ ਨਾ ਮੈਂ ਦੱਸਣਾ ਸੀ ਕਿੰਨਾਂ ਨੂੰ ਤਾਂ ਪਤਾ ਵੀ ਲੱਗ ਗਿਆ ਹੋਣਾ ਕਿ ਮੇਰੇ ਬਣ ਕੇ ਕੰਪਲੀਟ ਹੋ ਗਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ ਅਤੇ ਸਾਡੀ ਫੈਮਿਲੀ ਦੇ ਨਾਲ ਜੁੜੇ ਆ ਸਾਡੇ ਨਾਲ ਜੁੜੇ ਆ ਸਾਡੇ ਚੈਨਲ ਨਾਲ ਜੁੜੇ ਆ ਅਤੇ ਸਾਡੀ ਫੈਮਿਲੀ ਬਣੀ ਆ ਅਤੇ ਇੱਦਾਂ ਹੀ ਸਾਡੀ ਵੀਡੀਓ ਵੀ ਵੇਖਦੇ ਰਹੋ ਸਾਡੇ ਵਲੌਗ ਨਾਲ ਬਣੇ ਰਹੋ ਅਤੇ ਸਾਡੀਆਂ ਕਵੀਆਂ ਵੀ ਦੱਸਦੇ ਰਹੋ ਕਿ ਕਿੱਥੇ ਕਿੱਥੇ ਅਸੀਂ ਗਲਤ ਹਾਂ ਅਤੇ ਇੱਕ ਵਾਰੀ ਮੈਂ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਇੰਨਾ ਪਿਆਰ ਦਿੱਤਾ ਸਾਨੂੰ ਤਾਂ ਕੈਮ ਫੋਨ ਫੜਦੇ ਆ ਨਾ ਅਤੇ ਸਾਡਾ ਫੇਸ ਵੱਡਾ ਹੀ ਆਉਂਦਾ ਵਾ ਅਤੇ ਮੈਂ 4 ਦਿਨ ਹੋ ਗਏ ਮੈਂ ਵਲੌਗ ਨਹੀਂ ਬਣਾਇਆ ਵਲੌਗ ਮੈਂ ਬਣਾਇਆ ਨਹੀਂ ਮੇਰਾ ਨਾ ਸਿਰ ਦਰਦ ਆਹ ਜਿਹੜੀ ਚੀਜ਼ ਹੈ ਨਾ ਬਹੁਤ ਜ਼ਿਆਦਾ ਦਰਦ ਕਰਦੀ ਸੀ ਅਤੇ ਇਸ ਕਰਕੇ ਮੈਂ ਬਣਾਇਆ ਨਹੀਂ 3-4 ਦਿਨ ਮੇਰਾ ਮਨ ਵੀ ਖੁਸ਼ ਨਹੀਂ ਹੈਗਾ ਕਿਸੇ ਚੀਜ਼ ਦੀ ਟੈਨਸ਼ਨ ਹੀ ਇਸ ਕਰਕੇ ਅਤੇ ਹੁਣ ਅੱਜ ਭੈਣ ਭਰਾ ਆਏ ਆ ਅਤੇ ਥੋੜ੍ਹਾ ਜਿਹਾ ਮਨ ਜਿਹੜਾ ਨਾ ਰਿਲੈਕਸ ਹੋਇਆ ਖੁਸ਼ੀ ਹੋਈ ਥੋੜ੍ਹੀ ਜਿਹੀ ਫੇਸ 'ਤੇ ਆਈ ਆ ਅਤੇ ਚਲੋ ਫਿਰ ਮਿਲਦੇ ਹਾਂ ਤੁਹਾਨੂੰ ਨਵੇਂ ਵਲੌਗ 'ਚ ਕੱਲ੍ਹ ਵਾਲੇ ਵਲੌਗ 'ਚ ਸੰਦੀਪ ਦੀ ਐਨੀਵਰਸਰੀ ਆ ਕੱਲ੍ਹ ਅਤੇ ਅਗਲੇ ਵਲੌਗ 'ਚ ਮਿਲਦੇ ਹਾਂ ਤਦ ਤੱਕ ਲਈ ਬਾਏ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੱਸਦੇ ਵੱਸਦੇ ਔਰ ਖੁਸ਼ ਰਹੋ ਔਰ ਮੇਰੇ ਵਾਂਗੂ ਟੈਨਸ਼ਨ ਨਾ ਲਿਆ ਕਰੋ ਹਮੇਸ਼ਾ ਆਪਣੇ ਆਪ ਨੂੰ ਖੁਸ਼ ਰੱਖਣਾ ਹੈ ਆਪਣੇ ਆਪ ਨੂੰ ਬਿਜ਼ੀ ਰੱਖਣਾ ਹੈ ਅਤੇ ਮੈਂ ਵੀ ਬਿਜ਼ੀ ਆਪਣੇ ਮਨ ਨੂੰ ਬੜਾ ਰੱਖਦੀ ਹਾਂ ਮੈਂ ਯੂਟਿਊਬ 'ਤੇ ਵਲੌਗ ਵੇਖਣ ਲੱਗ ਪੈਂਦੀ ਹਾਂ ਨਹੀਂ ਹੁੰਦਾ ਤਾਂ ਮੈਂ ਘਰ ਫੋਨ ਕਰ ਲੈਂਦੀ ਹਾਂ ਗੱਲ ਕਰ ਲੈਂਦੀ ਹਾਂ ਇੱਦਾਂ ਅਤੇ ਆਹੀ ਨਹੀਂ ਆਹੀ ਲੱਗਾ ਰਹਿੰਦਾ ਫੋਨ 'ਤੇ ਰਾਜਾ ਜੀ ਮੈਨੂੰ ਦਿਨ 'ਚ ਪਤਾ ਨਹੀਂ ਕਿੰਨੀ ਕੁ ਵਾਰੀ ਫੋਨ ਕਰਦਾ ਵਾ ਅੱਜ ਆਉਣਾ ਸੀ ਤਾਂ ਵੀ ਮੈਂ ਹਾਂ ਤੂੰ ਇੱਥੇ ਹੀ ਆਉਣਾ ਵਾ ਇੱਥੇ ਆ ਕੇ ਗੱਲਾਂ ਨਹੀਂ ਕਰਦਾ ਦੱਸ ਘਰੇ ਰਹਿ ਕੇ ਸਤਾਉਣਾ ਇੰਨਾ ਇੱਥੇ ਆ ਕੇ ਗੱਲ ਨਹੀਂ ਕਰਦਾ ਕੋਈ ਹੁਣ ਸੌਣ ਦੀ ਤਿਆਰੀ ਇਹਦੀਆਂ ਅੱਖਾਂ ਨਾ ਨੀਂਦ ਨਾ ਭਰੀਆਂ ਨੇ ਥੱਕ ਗਏ ਹੈ ਨਾ ਦੋਵੇਂ ਸਫ਼ਰ ਵੀ ਕਿਤੇ ਥੋੜ੍ਹਾ ਹੈ 4-5 ਘੰਟੇ ਦਾ ਇਹ ਮੈਚ ਵੇਖਣ ਡੇ ਆ ਇੱਧਰ ਬੋਲੋਗੇ ਕੁਛ ਮੈਂ ਵਲੌਗ ਦਾ ਐਂਡ ਕਰਤਾ ਵਾ ਇੱਧਰ ਉਹਨਾਂ ਨੇ ਹੈੱਡਫੋਨ ਲਾਏ ਆ ਸੁਣਦੇ ਨੀ ਆ ਵੇਖਿਆ ਕਿੰਨੇ ਮੈਚ 'ਚ ਬਿਜ਼ੀ ਹੈ ਇੱਧਰ ਹਾਂ ਬੋਲੋ ਕੁਛ ਵਲੌਗ 'ਚ ਬਾਏ ਕਰ ਕਿੱਦਾਂ ਦੇ ਬਣਾਈ ਅੱਜ ਚੌਲ ਜਿਹੜੇ ਬਣਾਏ ਸੀ ਲੈ ਸੁਣਦਾ ਨਹੀਂ ਇਹਨਾਂ ਨੂੰ ਮੈਂ ਤਾਂ ਕੋਈ ਗੱਲ ਹੀ ਕਰਨੀ ਮੈਂ ਤਾਂ ਪੁੱਛਣ ਦੀ ਮੈਨੂੰ ਤਾਂ ਪਤਾ ਵਧੀਆ ਬਣੇ ਸੀ ਚਲੋ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ 'ਚ ਤਦ ਤੱਕ ਲਈ ਬਾਏ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਔਰ ਜਿਨ੍ਹਾਂ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਓ ਵੈਸੇ ਮੈਂ ਕਹਿੰਦੀ ਨਹੀਂ ਹੁੰਦੀ ਕਰ ਲਓ ਜਿਨ੍ਹਾਂ ਨੂੰ ਸਾਡੀ ਵੀਡੀਓ ਪਸੰਦ ਆਉਣੀ ਆ ਉਹਨਾਂ ਆਪੇ ਕਰ ਲੈਣਾ ਹੈ ਹੈਨਾ ਰਾਜੇ ਆਪੇ ਕਰ ਲੈਂਦੇ ਕਹਿਣ ਦੀ ਲੋੜ ਨਹੀਂ ਪੈਂਦੀ ਹੈਨਾ ਰਾਜੇ ਓਏ ਤੂੰ ਵੀ ਹੈੱਡਫੋਨ ਲਾ ਲਏ ਆ ਤੈਨੂੰ ਨੀਂਦ ਆਈ ਭਰਾ ਤੂੰ ਸੌ ਨਹੀਂ ਨੀਂਦ ਨਹੀਂ ਆਈ ਮੇਰਾ ਪੰਨਾ ਨੀਂਦ ਹੀ ਆਈ ਆ ਤੇ ਰਾਤ ਨੂੰ ਪੰਨਾ ਟੋਰ ਨਾ ਬੰਨ ਕੇ ਬਹਿਣਾ ਹੈ ਰਾਤ ਨੂੰ ਟੋਰ ਕੱਢ ਕੇ ਬਹਿਣਾ ਹੁਣ ਤੂੰ ਸੌਣਾ ਹੈ
ਪਰ ਨਾ ਤੇ ਖੁੱਲਣਾ ਹੀ ਆ ਹੁਣ, ਸੌਣ ਲੱਗਿਆ। ਮੈਂ ਕਿੰਨੇ ਚਿਰ ਦੀ ਵਲੌਗ ਦਾ ਐਂਡ ਕਰਨ ਦੀ। ਚਲੋ ਮਿਲਦੇ ਹਾਂ ਤੁਹਾਨੂੰ ਨਵੇਂ ਵਲੌਗ 'ਚ। ਬਾਏ ਬਾਏ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।